ਵੀਡੀਓ ਨੂੰ ਇਗਨੋਰ ਨਾ ਕਰਨਾ ਸੰਗਤ ਜੀ, ਗੁਰੂ ਨੂੰ ਪਿਆਰ ਕਰਨ ਵਾਲੇ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਨਾ। ਦਸਮ ਪਿਤਾ ਜੀ ਦੀ ਭਵਿੱਖਬਾਣੀ ਕਦੋਂ ਹੋਵੇਗੀ, ਪਾਕਿਸਤਾਨ ਤੇ ਭਾਰਤ ਦਾ ਯੁੱਧ ਹੋ ਸਕਦੀ ਹੈ ਵੱਡੀ ਤਬਾਹੀ, ਰੋਂਗਟੇ ਖੜੇ ਹੋ ਜਾਵਣਗੇ ਪਿਆਰਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ, ਲਾਈਕ ਕਮੈਂਟ ਵੀ ਜ਼ਰੂਰ ਕਰ ਦਿਓ। ਸਤਸੰਗ ਜਿਹੜੇ ਵੀਰ ਭੈਣ ਚੈਨਲ 'ਤੇ ਨਵੇਂ ਆਏ ਨੇ, ਸਾਰਿਆਂ ਦਾ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਸਤਿਗੁਰੂ ਕਿਰਪਾ ਕਰਨ, ਆਓ ਫਤਿਹ ਬੁਲਾ ਕੇ ਆਪਾਂ ਆਰੰਭਤਾ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਦੀ ਆਪਾਂ ਗੱਲ ਕਰੀਏ। ਗੁਰਮੁਖ ਜਿਸ ਵੇਲੇ ਨਾਂਦੇੜ ਜਾਂਦੇ ਨੇ, ਹਜ਼ੂਰ ਸਾਹਿਬ ਜਾਂਦੇ ਨੇ, ਉੱਥੇ ਜਾ ਕੇ ਸਤਿਗੁਰ ਨੇ 100 ਸਾਖੀ ਜਿਹੜੀ ਸੀ, 100 ਸਾਖੀ ਉਹ ਭਵਿੱਖਬਾਣੀਆਂ ਸਨ। 52 ਹੁਕਮ ਵੀ ਨਾਲ ਉਹਨਾਂ ਦੇ ਗੁਰਸਿੱਖਾਂ ਨੂੰ ਦਿੱਤੇ, ਚਾਹੇ ਉਹਨੂੰ ਕੋਈ ਵੀ ਮੰਨੇ। ਦੇਖੋ, ਜੀਵਨ ਦੇ ਵਿੱਚ ਤਬਦੀਲੀ ਕਰਨ ਵਾਲੇ ਆ, ਜੀਵਨ ਨੂੰ ਬਦਲਾਵ ਦੇਣ ਵਾਲੀਆਂ। ਪਰ ਮੈਂ ਬੇਨਤੀ ਕਰ ਰਹੀ ਹਾਂ ਕਿ 100 ਸਾਖੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ, ਇੱਕ ਵਾਰ ਕਹਿੰਦੇ ਸੰਗਤ ਨੇ ਇੱਛਾ ਜ਼ਾਹਰ ਕੀਤੀ ਤੇ ਭਾਈ ਦਇਆ ਸਿੰਘ ਜੀ ਨੇ ਪੁੱਛਿਆ, ਅੱਗੇ ਸਤਿਗੁਰੂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁੱਝ ਹੋਣਾ ਹੈ, ਇਸ ਬਾਰੇ ਸਾਨੂੰ ਦੱਸ ਕੇ ਜਾਇਓ ਜ਼ਰੂਰ। ਸੰਗਤ ਇੱਛਾ ਪ੍ਰਗਟ ਕਰ ਰਹੀ ਹੈ, 100 ਸਾਖੀ ਦੇ ਵਿੱਚ ਸਤਿਗੁਰੂ ਨੇ ਸਭ ਬਿਆਨ ਕੀਤਾ। 100 ਸਾਖੀ ਦੇ ਵਿੱਚ ਗੁਰਮੁਖੋ ਸਤਿਗੁਰਾਂ ਨੇ ਕਿਹਾ ਕਿ ਇੱਕ ਖਾਲਸਾ ਰਾਜ ਕਾਇਮ ਹੋਵੇਗਾ। ਦੇਖੋ, ਖਾਲਸਾ ਰਾਜ ਕਾਇਮ ਹੋਇਆ ਵੀ, ਅੱਜ ਆਪਾਂ ਕਹਿੰਦੇ ਹਾਂ ਨਾ ਆਪਾਂ ਰਾਜ ਕਰੇਗਾ ਖਾਲਸਾ, ਕਈ ਵਾਰ ਸਾਨੂੰ ਇੱਦਾਂ ਲੱਗਦਾ ਹੈ ਵੀ ਅਜੇ ਖਾਲਸੇ ਨੇ ਰਾਜ ਕਰਨਾ ਹੈ। ਗੁਰਮੁਖੋ, ਖਾਲਸਾ ਪਹਿਲਾਂ ਰਾਜ ਕਰਕੇ ਜਾ ਚੁੱਕਿਆ, ਖਾਲਸੇ ਨੇ ਰਾਜ ਪਹਿਲੋਂ ਕੀਤਾ, ਹੁਣ ਤੇ ਦੂਜੀ ਵਾਰ ਖਾਲਸੇ ਦਾ ਰਾਜ ਆਉਣਾ। ਇਸ ਖਾਲਸਾ ਰਾਜ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਜਾਂ ਤਕਲੀਫ ਨਹੀਂ ਹੋਵੇਗੀ। ਇਹ ਖਾਲਸਾ ਰਾਜ ਇਹੋ ਜਿਹਾ ਹੋਵੇਗਾ ਜਿਸ ਵਿੱਚ ਕਿ ਸਾਰੇ ਸੁਖੀ ਸੁਖੀ ਰਹਿਣਗੇ, ਜਿਸ ਵਿੱਚ ਕਿਸੇ ਨੂੰ ਕੋਈ ਦੁੱਖ ਜਾਂ ਤਕਲੀਫ ਨਹੀਂ ਹੋਏਗੀ। ਪਿਆਰਿਓ, ਮੇਰੇ ਸਤਿਗੁਰ ਉਹਨੂੰ ਹਰ ਇੱਕ ਤਰ੍ਹਾਂ ਦੀ ਕਾਮਯਾਬੀ ਵੀ ਦੇਣਗੇ। ਉਹ ਖਾਲਸੇ ਨੇ ਰਾਜ ਦੁਆਰਾ ਕਰਨਾ ਹੈ। ਪਰ ਬੇਨਤੀ ਕਰੂੰਗੀ, ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਨੂੰ ਇੱਕ ਐਸੀ ਪੈਰਵੀ ਦਿੱਤੀ, ਖਾਲਸੇ ਨੂੰ ਇਹੋ ਜਿਹਾ ਰਾਜ ਕਰਨ ਲਈ ਤਬਦੀਲੀਆਂ ਪ੍ਰੇਰੀਆਂ। ਗੁਰਮੁਖੋ, ਕਿ ਉਸ ਰਾਜ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਸੁੱਤਾ, ਉਸ ਰਾਜ ਦੇ ਵਿੱਚ ਧਰਮਾਂ ਦੇ ਨਾਂ 'ਤੇ ਲੜਾਈਆਂ ਨਹੀਂ ਹੋਈਆਂ। ਮਾੜੇ ਮੋਟੇ ਲੜਾਈ ਝਗੜੇ 'ਚ ਘਰਾਂ ਦੇ ਮਾਮਲੇ ਉਲਟ ਸੁਲਟ ਹੋਏ ਵੀ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਆਪ ਹੀ ਮਾਮਲੇ ਸੁਲਝਾ ਕੇ ਉਹਨਾਂ ਦੇ ਵਿੱਚ ਇੱਕ ਪਿਆਰ ਦੀ ਤੰਦ ਜੋੜ ਦਿੱਤੀ। ਪਰ ਉਹਨਾਂ ਨੂੰ ਵੱਡੇ ਪੱਧਰ 'ਤੇ ਕਿਸੇ ਵੀ ਤਰ੍ਹਾਂ ਦੇ ਹਾਈਟਲਿੰਗ ਨਹੀਂ ਦਿੱਤੀ ਗਈ, ਹਾਈਲਾਈਟਿੰਗ ਜੋ ਸੀਗੀ ਉਹ ਨਹੀਂ ਕੀਤੀ ਗਈ। ਸੋ ਉਸ ਰਾਜ ਦੇ ਵਿੱਚ ਹਰ ਕੋਈ ਸੁਖੀ ਸੀ, ਖਾਲਸੇ ਨੇ ਰਾਜ ਕੀਤਾ। ਜਿਵੇਂ ਪਾਤਸ਼ਾਹ ਨੇ ਕਿਹਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਸੁੱਤਾ ਅਤੇ ਕਿਸੇ ਨੂੰ ਕੋਈ ਦੁੱਖ ਜਾਂ ਤਕਲੀਫ ਨਹੀਂ ਹੋਈ। ਹੋਰ ਪਿਆਰੇ, ਉਸ ਤੋਂ ਬਾਅਦ ਖਾਲਸਾ ਰਾਜ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪਾਤਸ਼ਾਹ ਨੇ ਭਵਿੱਖਬਾਣੀ ਕੀਤੀ ਕਿ ਇਸ ਧਰਤੀ ਦੇ ਉੱਤੇ ਖਾਲਸਾ ਰਾਜ ਤੋਂ ਬਾਅਦ ਡੋਗਰਿਆਂ ਦਾ ਕਬਜ਼ਾ ਹੋਵੇਗਾ। ਅੰਗਰੇਜ਼ਾਂ ਨੇ ਫਿਰ ਭਾਰਤ ਦੇ ਉੱਤੇ ਤਕਰੀਬਨ ਲਗਭਗ 100 ਸਾਲ ਜਿਹੜਾ ਸੀ ਰਾਜ ਕੀਤਾ, ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਸ ਗੱਲ ਨੂੰ ਆਪਾਂ ਬਿਲਕੁਲ ਇਨਕਾਰੀ ਨਹੀਂ ਕਰ ਸਕਦੇ। ਅੰਗਰੇਜ਼ਾਂ ਨੇ ਰਾਜ ਕੀਤਾ, ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਖੂਬ ਲੁੱਟਿਆ, ਅੰਗਰੇਜ਼ਾਂ ਨੇ ਸਾਨੂੰ ਗੁਲਾਮ ਅਤੇ ਸਾਡੀਆਂ ਜਿਹੜੀਆਂ ਇੱਜ਼ਤਾਂ ਅਤੇ ਸਾਡੀਆਂ ਪੱਗਾਂ ਦੇ ਨਾਲ ਵੀ ਉਹ ਖੇਡੀ ਸਨ। ਉਹਨਾਂ ਦੇ ਕੁਝ ਜ਼ੁਲਮਾਂ ਦੇ ਸਤਾਏ ਹੋਏ ਨੌਜਵਾਨ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਕੁਰਬਾਨੀਆਂ ਵੀ ਦਿੱਤੀਆਂ, ਅਤੇ ਅੱਜ ਉਹਨਾਂ ਨੂੰ ਮੈਨੂੰ ਹੈਰਾਨਗੀ ਹੁੰਦੀ ਹੈ ਜਦੋਂ ਥੋੜ੍ਹਾ ਜਿਹਾ ਵਿਸ਼ੇ 'ਚੋਂ ਨਿਕਲ ਕੇ ਬੇਨਤੀ ਕਰਦੇ ਹਾਂ।
ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਪਿੱਛੇ ਸੁੱਟ ਦਿੱਤਾ, ਕੁਰਬਾਨੀਆਂ ਨੂੰ ਭੁਲਾ ਦਿੱਤਾ। ਪਰ ਸਾਡੇ ਸੰਵਿਧਾਨਾਂ ਦੇ ਵਿੱਚ ਉਹ ਲੋਕਾਂ ਨੂੰ ਅਸਲ ਦੇ ਵਿੱਚ ਇੱਕ ਟੈਰਰਿਸਟ, ਇੱਕ ਆਤੰਕਵਾਦੀ ਅਤੇ ਭੜਕਾਊ ਪ੍ਰਚਾਰ ਕਰਨ ਵਾਲੇ ਅਨਸਰ, ਇੱਕ ਸ਼ਰਾਰਤੀ ਅਨਸਰ ਦੇ ਤੌਰ 'ਤੇ ਦਰਜ ਕੀਤਾ ਹੋਇਆ ਲਿਖ ਕੇ, ਜਿਨ੍ਹਾਂ ਲੋਕਾਂ ਨੇ ਉਹਨਾਂ ਫੌਜ ਦੀ ਟੋਟਗਿਰੀ ਕੀਤੀ, ਜਿਨ੍ਹਾਂ ਲੋਕਾਂ ਨੇ ਚਰਖੇ ਘੁਮਾਏ, ਉਹਨਾਂ ਲੋਕਾਂ ਨੂੰ ਬਾਪੂ ਦਾ ਖਿਤਾਬ ਦੇ ਕੇ ਨਿਵਾਜ ਦਿੱਤਾ ਗਿਆ। ਇਹਨਾਂ ਕਰਕੇ ਆਜ਼ਾਦੀ ਆਈ ਹੈ ਜੀ। ਹੁਰਮੁਖ ਪਿਆਰਿਓ, ਇੱਕ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਕਿਸੇ ਨੇ ਪੁੱਛ ਲਿਆ ਕਿ ਸਾਡਾ ਬਾਪੂ ਹੈ ਬਾਪੂ ਗਾਂਧੀ, ਅਤੇ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਇਹ ਰਾਸ਼ਟਰਵਾਦੀ ਬਾਪੂ ਸਾਡਾ ਬਾਪੂ ਨਹੀਂ, ਸਾਡਾ ਬਾਪੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ, ਅਤੇ ਇਹ ਬਾਪੂ ਕਿਸੇ ਹੋਰ ਦਾ ਹੋਵੇਗਾ। ਪਰ ਸਿੱਖਾਂ ਦਾ ਬਾਪੂ ਅਤੇ ਧੰਨ ਗੁਰੂ ਸ਼੍ਰੀ ਗ੍ਰੰਥ ਸਾਹਿਬ ਪਾਤਸ਼ਾਹ ਨੇ, ਹੁਰਮੁਖ ਪਿਆਰਿਓ, ਦੇਖੋ ਕਿੰਨਾ ਮੂੰਹ ਭਰ ਜਾਂਦਾ ਕਹਿਣ 'ਤੇ ਬਾਪੂ, ਬਾਪੂ ਗਾਂਧੀ। ਪਰ ਮੈਂ ਬੇਨਤੀ ਕਰਾਂਗੀ ਕਿ ਆਪਣੇ ਬਾਪ ਨੂੰ ਕਦੇ ਬਾਪ ਨਹੀਂ ਕਿਹਾ, ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕਦੇ ਆਪਣਾ ਬਾਪੂ ਨਹੀਂ ਮੰਨਿਆ ਪਿਆਰਿਓ। ਜੇ ਮੰਨ ਲੈਂਦੇ ਤਾਂ ਅੱਜ ਜੇ ਜਿਹੜੇ ਹਾਲਾਤ ਨੇ ਉਹ ਨਾ ਹੁੰਦੇ, ਜਿਨ੍ਹਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਖੈਰ, ਮੈਂ ਬੇਨਤੀ ਕਰ ਰਹੀ ਸਾਂ ਕਿ ਹੁਰਮੁਖੋ ਅੰਗਰੇਜ਼ਾਂ ਨੇ ਰਾਜ ਕੀਤਾ, ਜਾਂਦੇ ਜਾਂਦੇ ਸਾਡੇ ਵਿੱਚ ਦੋ ਫਾੜ ਕਰ ਗਏ, ਅਤੇ ਇੱਕ ਪਾਕਿਸਤਾਨ ਬਣਾ ਦਿੱਤਾ, ਇੱਕ ਹਿੰਦੁਸਤਾਨ ਬਣਾ ਦਿੱਤਾ ਪਿਆਰਿਓ। ਗੁਰਮੁਖ ਪਿਆਰਿਓ, ਇੱਥੇ ਬੇਨਤੀ ਕਰਦੇ ਹਾਂ ਕਿ ਦੋ ਚੀਜ਼ਾਂ ਸਾਡੇ ਵਿੱਚ ਹੋ ਗਈਆਂ, ਇੱਕ ਚੜ੍ਹਦਾ ਪੰਜਾਬ ਬਣ ਗਿਆ ਅਤੇ ਇੱਕ ਲਹਿੰਦਾ ਪੰਜਾਬ ਬਣ ਗਿਆ, ਪਰ ਦਿਲ ਵੱਖ ਨਹੀਂ ਹੋਏ। ਹਾਲਾਂਕਿ 1947 ਜਿਸ ਵੇਲੇ ਵੰਡ ਹੁੰਦੀ ਹੈ, ਸਾਡਾ ਨੁਕਸਾਨ ਬੜਾ ਹੋਇਆ ਏ, ਪਰ ਪਿਆਰਿਓ ਨੁਕਸਾਨ ਦੇ ਨਾਲ ਨਾਲ ਸਾਡੇ ਜਿਹੜੇ ਪਰਿਵਾਰਾਂ ਦੇ ਜੀਅ ਸਨ ਉਹ ਵੀ ਚਲੇ ਗਏ ਸਨ, ਜਿਨ੍ਹਾਂ ਦੇ ਘਾਟ ਸਾਨੂੰ ਬੜੇ ਵੱਡੇ ਪਏ, ਜਿਨ੍ਹਾਂ ਦੇ ਘਾਟੇ ਕੋਈ ਪੂਰੇ ਨਹੀਂ ਕਰ ਸਕਦਾ। ਉਸ ਤੋਂ ਬਾਅਦ ਪਾਤਸ਼ਾਹ ਨੇ ਫਿਰ ਪਾਕਿਸਤਾਨ ਅਤੇ ਭਾਰਤ ਦੀ ਲੜਾਈ ਦਾ ਵੀ ਜ਼ਿਕਰ ਇੱਥੇ ਕੀਤਾ ਗੁਰਮੁਖੋ। ਦੋ ਲੜਾਈਆਂ ਲੱਗੀਆਂ ਨੇ, ਦੋ ਲੜਾਈਆਂ ਦੇ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ, ਅਤੇ ਪਾਕਿਸਤਾਨ ਦੇ ਨਾਲ ਜੰਗ ਯੁੱਧ ਹੋਈ ਜਿਸ ਵਿੱਚ ਤਬਾਹੀ ਤਾਂ ਬੜੀ ਜ਼ਿਆਦਾ ਹੋਈ ਸੀ। ਆਖਿਰਕਾਰ ਆਮ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਿਆ, ਸੈਨਾ ਦਾ ਬੜਾ ਵੱਡਾ ਨੁਕਸਾਨ ਉਸ ਵੇਲੇ ਹੋਇਆ, ਬੜੇ ਜਵਾਨ ਉਸ ਵੇਲੇ ਸ਼ਹੀਦੀਆਂ ਜਿਨ੍ਹਾਂ ਨੇ ਪ੍ਰਾਪਤ ਕੀਤੀਆਂ। ਹੁਰਮੁਖ ਪਿਆਰਿਓ, ਹਾਲਾਂਕਿ ਉਸ ਘਟਨਾਕ੍ਰਮ 'ਤੇ ਪਿਕਚਰਾਂ ਵੀ ਬਣੀਆਂ, ਪਰ ਜੋ ਅਸਲ ਰੀਅਲ ਹੀਰੋ ਸਨ ਹੁਰਮੁਖ, ਉਹ ਸਿੱਖ ਰੈਜੀਮੈਂਟ ਦੇ ਜਵਾਨ ਸੀ, ਦਸ਼ਮੇਸ਼ ਪਿਤਾ ਦੇ ਉਹ ਬੱਚੇ ਸਨ, ਉਹ ਪੱਗਾਂ ਵਾਲੇ ਸਰਦਾਰ ਸਨ ਜਿਨ੍ਹਾਂ ਨੂੰ ਕੇਵਲ ਲੋੜ ਪੈਣ 'ਤੇ ਵਰਤਿਆ ਜਾਂਦਾ ਹੈ, ਪਰ ਜਦੋਂ ਕੰਮ ਨਿਕਲ ਜਾਂਦਾ ਉਦੋਂ ਉਹਨਾਂ ਨੂੰ ਇੱਕ ਸ਼ਰਾਰਤੀ ਅਨਸਰ ਅਤੇ ਉਹਨਾਂ ਨੂੰ ਆਤੰਕਵਾਦੀ ਕਹਿ ਕੇ ਸਾਈਡ ਕਰ ਦਿੱਤਾ ਜਾਂਦਾ ਹੈ। ਜਦੋਂ ਕ੍ਰੈਡਿਟ ਲੈਣ ਦੀ ਵਾਰੀ ਆਉਂਦੀ ਹੈ ਉਦੋਂ ਕੁਝ ਹੋਰ ਲੋਕ ਮੂਹਰੇ ਹੋ ਜਾਂਦੇ ਨੇ, ਪਰ ਜਦੋਂ ਕੇਵਲ ਸਾਡੇ ਤੋਂ ਭੀੜ ਪੈਂਦੀ ਹੈ ਨਾ, ਵਿਪਤਾ ਪੈਂਦੀ ਹੈ, ਉਦੋਂ ਸਿੱਖਾਂ ਨੂੰ ਜ਼ਰੂਰ ਅੱਗੇ ਕੀਤਾ ਜਾਂਦਾ ਹੈ। ਇਹ ਮੈਂ ਤਾਂ ਬੇਨਤੀ ਕੀਤੀ ਕਿਉਂਕਿ ਸਾਡੇ ਨਾਲ ਜੋ ਪਿਛਲੇ ਕਈ ਸਾਲਾਂ ਤੋਂ ਸਮਿਆਂ ਤੋਂ ਚੱਲਦਾ ਆ ਰਿਹਾ, ਹੁਣ ਕਿਸਾਨੀ ਅੰਦੋਲਨ ਵੇਲੇ ਵੀ ਹੋਇਆ, ਤਾਂ ਇਹ ਭੜਕਾਊ ਪ੍ਰਚਾਰ ਨਹੀਂ, ਇਹ ਇੱਕ ਸੱਚਾਈ ਹੈ, ਅਤੇ ਇਸ ਗੱਲ ਨੂੰ ਭੁੱਲ ਜਾਣਾ ਅਤੇ ਨਕਾਰ ਦੇਣਾ ਇੱਕ ਬਹੁਤ ਵੱਡੀ, ਜੇ ਆਪਾਂ ਕਹਿ ਦਈਏ ਕਿ ਅਕਿਰਤ ਕਰਨ ਵਾਲੀ ਗੱਲ ਹੋਵੇਗੀ ਪਿਆਰਿਓ। ਯਾਦ ਰੱਖਿਓ, ਜੋ ਪਾਤਸ਼ਾਹ ਨੇ ਕਿਹਾ ਉਹ ਪਿੱਛੇ ਵਾਪਰਿਆ, ਜੋ ਸਤਿਗੁਰੂ ਨੇ ਕਿਹਾ ਹੋਇਆ ਉਹ ਅੱਗੇ ਹੋ ਕੇ ਰਹਿਣਾ ਹੈ, ਉਹਨੂੰ ਕੋਈ ਨਹੀਂ ਬਦਲ ਸਕਦਾ ਪਿਆਰਿਓ। ਇਸ ਕਰਕੇ ਗੁਰਬਾਣੀ ਨਾਲ ਆਪਾਂ ਜੁੜੇ ਰਹੀਏ, ਸਤਿਗੁਰ ਦੀ ਸਿੱਖਿਆ ਨਾਲ ਜੁੜੇ ਰਹੀਏ, ਸਤਿਗੁਰ ਸੱਚੇ ਪਾਤਸ਼ਾਹ ਤੋਂ ਅਰਦਾਸ ਬੇਨਤੀ ਕਰੀਏ। ਹੋ ਸਕਦਾ ਹੈ ਸਮੇਂ ਦੀ ਕਰੋਪੀ ਟਲ ਜਾਏ, ਪਾਤਸ਼ਾਹ ਜੀ ਕਿਰਪਾ ਕਰ ਦੇਣ। ਵੀਡੀਓ ਨੂੰ ਗੁਰਮੁਖੋ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ, ਬੇਨਤੀਆਂ ਕਰੋ ਪ੍ਰਵਾਨ, ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।